ਪ੍ਰੋਬਲਮਾਂ ਤਾਂ ਆਪਾਂ ਨੂੰ ਸ਼ੁਰੂ ਤੋਂ ਹੀ ਆਈਆਂ। ਇਹ ਤਾਂ ਪ੍ਰੋਬਲਮਾਂ ਜਿਹੜੀਆਂ ਇਹਨਾਂ ਨੇ ਹਟਾਉਣੀਆਂ ਹੀ ਨੀਗੀਆਂ ਤੇ ਅਸੀਂ ਚੱਲਦੇ ਰਹਿਣਾ। ਮਹਾਰਾਜ ਸਾਡੇ ਤੇ ਸਿਰ ਤੇ ਹੱਥ ਰੱਖਦਾ, ਅਸੀਂ ਚੱਲਣ ਡਏ ਆ। 84 'ਚ ਚੱਲ ਏ, ਹੁਣ ਵੀ ਚੱਲਣ ਡਏ ਆ। ਤੇ ਇਹ ਦੁੱਖ ਜਿਹੜੇ ਆ ਘਰ ਬੈਠਿਆਂ ਨੂੰ ਕਿਤੇ ਜੀਣ ਥੋੜ੍ਹੀ ਦੇਣ ਡਏ ਆ ਵੀ ਸਾਡੀਆਂ ਮਾਵਾਂ ਇੱਦਾਂ ਬੈਠੀਆਂ ਹੁਣ ਤੇ। ਚਲੋ ਬੱਚੇ ਤਾਂ ਕਸ਼ਟ ਝੱਲਣ ਡਏ, ਅਸੀਂ ਤੇ ਮਾਵਾਂ ਜਿਹੜੀਆਂ ਝੱਲਦੀਆਂ ਕਸ਼ਟ, ਇਹ ਜਰਨਾ ਔਖਾ। ਬਾਜੀ ਕਿਹਨੇ ਸੀਗਾ ਪ੍ਰਧਾਨ ਮੰਤਰੀ, ਉਹਦੇ ਮਾਤਾ ਨੂੰ ਕੁਛ ਪ੍ਰੋਬਲਮ ਆਈ ਹੈ ਤੇ ਬੇਹੋਸ਼ ਹੋਏ ਪਏ? ਉਹ ਵੀ ਬੇਹੋਸ਼, ਉਹਨਾਂ ਨੂੰ ਵੀ ਮੈਂ ਬੁਲਾ ਰਹੀ ਹਾਂ, ਬੇਹੋਸ਼ ਆ ਉਹ ਵੀ। ਇਹ ਦੁੱਖ ਝੱਲੇ ਨਹੀਂ ਜਾਣ ਡਏ ਹੁਣ, ਇਹ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਵਾ ਵੀ ਇਹਨਾਂ ਮਾਵਾਂ ਦਾ ਕੀ ਕਿਤੇ ਮਾਵਾਂ ਝੱਲਣਗੀਆਂ ਆਪਣੇ ਪੁੱਤਾਂ ਦੇ ਦੁੱਖ, ਉਹਨਾਂ 'ਤੇ ਪਾਪੜ ਵੇਲਣੇ ਆ ਜਿਹੜੇ ਵੀ ਵੇਲੇ ਗਏ। ਅਤੇ ਇਹ ਸਰਕਾਰ ਨੂੰ ਚਾਹੀਦਾ ਵਾ ਵੀ ਇਹ 'ਤੇ ਗੌਰ ਕਰੇ। ਇਹ ਕੁਰਬਾਨੀਆਂ ਸਾਡੇ ਕਰਮਾਂ 'ਚ ਲਿਖੀਆਂ, ਅਸੀਂ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਕੌਮ ਹੀ ਇਹੋ ਜਿਹੀ ਬਣਾ ਤੀ ਆ ਵੀ ਇਹ ਕੁਰਬਾਨੀਆਂ ਦੇਊਗੀ, ਕਿਉਂਕਿ ਇਹਨੇ ਹਰ ਇੱਕ ਦਾ ਦੁੱਖ ਸੁਣਨਾ। ਦੁੱਖ ਜਦੋਂ ਇਹਦੇ ਕੋਲ ਝੱਲਿਆ ਨਹੀਂ ਜਾਂਦਾ ਤਾਂ ਕੁਰਬਾਨੀ ਤਾਂ ਦੇਣੀ ਪਊਗੀ ਫਿਰ, ਇਸ ਕਰਕੇ ਕੁਰਬਾਨੀਆਂ ਚੱਲਦੀਆਂ ਰਹਿਣੀਆਂ। ਸਾਰਾਗੜ੍ਹੀ ਨਿਵਾਸ ਆ ਅੰਮ੍ਰਿਤਸਰ ਦੇ ਵਿੱਚ ਅਤੇ ਉਹਦੇ ਬਿਲਕੁਲ ਲਾਗੇ ਵਿਰਾਸਤੀ ਮਾਰਗ 'ਤੇ ਜਿੱਥੇ ਮੋਰਚਾ ਲੱਗਾ ਹੈਗਾ, ਉਸ ਮੋਰਚੇ 'ਤੇ ਹਾਂ। ਮੋਰਚੇ 'ਤੇ ਸਾਡੇ ਨਾਲ ਬਹੁਤ ਹੀ ਖਾਸ ਸ਼ਖਸੀਅਤ ਅੱਜ, ਕਿਉਂਕਿ ਭਾਈ ਹਰਜਿੰਦਰ ਸਿੰਘ ਜਿੰਦਾ ਜੀ, ਉਹਨਾਂ ਦੇ ਸਿਸਟਰ ਭੈਣ ਬਲਵਿੰਦਰ ਕੌਰ ਜੀ ਆ। ਪਹਿਲਾਂ ਗੁਰਫਤਿਹ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਿਵੇਂ ਵੇਖਦੇ ਹੋ ਇਹਨਾਂ ਮੋਰਚਿਆਂ ਨੂੰ ਤੁਸੀਂ, ਅੱਜ ਹਾਜ਼ਰੀ ਲਵਾ ਕੇ ਆਏ ਹੋ ਅਤੇ ਹਾਲਾਤ ਤੁਸੀਂ ਮਾਵਾਂ ਦੇ ਵੀ ਦੇਖੇ ਹੋਣਗੇ, ਬੜੀ ਪ੍ਰੋਬਲਮ ਜਾ ਰਹੀ ਹੈ? ਪ੍ਰੋਬਲਮਾਂ ਤਾਂ ਆਪਾਂ ਨੂੰ ਸ਼ੁਰੂ ਤੋਂ ਹੀ ਆਈਆਂ। ਇਹ ਤਾਂ ਪ੍ਰੋਬਲਮਾਂ ਜਿਹੜੀਆਂ ਇਹਨਾਂ ਨੇ ਹਟਾਉਣੀਆਂ ਹੀ ਨੀਗੀਆਂ ਤੇ ਅਸੀਂ ਚੱਲਦੇ ਰਹਿਣਾ। ਮਹਾਰਾਜ ਸਾਡੇ ਤੇ ਸਿਰ ਤੇ ਹੱਥ ਰੱਖਦਾ, ਅਸੀਂ ਝੱਲਣ ਡਏ ਹਾਂ। ਜੇ ਪਿੱਛੇ ਚੱਲਦੇ ਸੀ ਫਿਰ 84 'ਚ ਚੱਲ ਏ, ਹੁਣ ਵੀ ਚੱਲਣ ਡਏ ਹਾਂ। ਅਤੇ ਇਹ ਦੁੱਖ ਜਿਹੜੇ ਆ ਘਰ ਬੈਠਿਆਂ ਨੂੰ ਕਿਤੇ ਜੀਣ ਥੋੜ੍ਹੀ ਦੇਣ ਡਏ ਆ ਵੀ ਸਾਡੀਆਂ ਮਾਵਾਂ ਇੱਦਾਂ ਬੈਠੀਆਂ ਹੁਣ ਤੇ। ਚਲੋ ਬੱਚੇ ਤਾਂ ਕਸ਼ਟ ਝੱਲਣ ਡਏ, ਅਸੀਂ ਤੇ ਮਾਵਾਂ ਜਿਹੜੀਆਂ ਝੱਲਦੀਆਂ ਕਸ਼ਟ, ਇਹ ਜਰਨਾ ਔਖਾ। ਮਿਲੇ ਹੁਣ ਉਹਨਾਂ ਨੂੰ? ਹਾਂਜੀ ਹਾਂਜੀ ਮਿਲੇ ਹਾਂ। ਹਾਂਜੀ, ਦੱਸਿਆ ਜਾ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਮਾਤਾ ਜੀ ਪ੍ਰੋਬਲਮ ਆਈ ਹੈ, ਉਹ ਸ਼ਾਇਦ ਉਹਨੂੰ ਲੈ ਕੇ ਗਏ। ਹੁਣ ਨਹੀਂ ਮਿਲੇ, ਅਜੇ ਮੈਂ ਮਿਲ ਕੇ ਗਈ ਕੱਲ੍ਹ ਪਰਸੋਂ ਜੀ। ਹਾਂਜੀ ਹਾਂਜੀ, ਠੀਕ ਨਹੀਂ ਸੀ, ਉਹਨੂੰ ਲੈ ਕੇ ਗਏ। ਲੈ ਗਏ ਜੀ, ਮੈਂ ਤਸਵੀਰਾਂ ਵੇਖ ਰਿਹਾ ਸੀ ਪਿੱਛੇ ਆਪਣੇ ਨਾ। ਬਾਜੀ ਕਿਹਨੇ ਸੀਗਾ ਪ੍ਰਧਾਨ ਮੰਤਰੀ, ਉਹਦੇ ਮਾਤਾ ਨੂੰ ਕੁਛ ਪ੍ਰੋਬਲਮ ਆਈ ਹੈ ਤੇ ਬੇਹੋਸ਼ ਹੋਏ ਪਏ? ਉਹ ਵੀ ਬੇਹੋਸ਼, ਉਹਨਾਂ ਨੂੰ ਵੀ ਮੈਂ ਬੁਲਾ ਰਹੀ ਹਾਂ, ਬੇਹੋਸ਼ ਆ ਉਹ ਵੀ। ਇਹ ਦੁੱਖ ਝੱਲੇ ਨਹੀਂ ਜਾਣ ਡਏ ਹੁਣ, ਇਹ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਵਾ ਵੀ ਇਹਨਾਂ ਮਾਵਾਂ ਦਾ ਕੀ ਕਿਤੇ ਮਾਵਾਂ ਝੱਲਣਗੀਆਂ ਆਪਣੇ ਪੁੱਤਾਂ ਦੇ ਦੁੱਖ, ਉਹਨਾਂ 'ਤੇ ਪਾਪੜ ਵੇਲਣੇ ਆ ਜਿਹੜੇ ਵੀ ਵੇਲੇ ਗਏ। ਅਤੇ ਇਹ ਸਰਕਾਰ ਨੂੰ ਚਾਹੀਦਾ ਵਾ ਵੀ ਇਹ 'ਤੇ ਗੌਰ ਕਰੇ, ਕੁਛ ਨਾ ਕੁਛ ਰਾਹਤ ਦੇਵੇ ਅਤੇ ਮਾਵਾਂ ਦੇ ਕਾਲਜੇ ਠੰਡੇ ਹੋਣ। ਕੁਰਬਾਨੀਆਂ ਦੀ ਗੱਲ ਆਉਂਦੀ ਆ ਅਤੇ ਉਦੋਂ ਉੱਤੇ ਕਿਹਾ ਜਾਂਦਾ ਕਿ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਅੱਜ ਤੱਕ ਜੇ ਕਾਲੇਪਣ ਦੀਆਂ ਸਜ਼ਾਵਾਂ ਦੀ ਗੱਲ ਕਰੀਏ, ਉਹ ਆਜ਼ਾਦੀ ਵਾਸਤੇ ਦਿੱਤੀਆਂ ਸੀ। ਅੱਜ ਦੀਆਂ ਕਾਲੇਪਣ ਦੀਆਂ ਸਜ਼ਾਵਾਂ ਡਿਬਰੂਗੜ੍ਹ ਜ਼ਿਲ੍ਹਾ ਬਣ ਗਈਆਂ ਲੱਗਦਾ, ਕਿਉਂਕਿ ਜੇ ਪਿਛਲਾ ਇਤਿਹਾਸ ਫਰੋਲੀਏ ਆਪਾਂ, 90% ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀ ਹੋਣ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, ਉਹ ਤੋਂ ਬਾਅਦ ਦੇ ਵਿੱਚ ਇਹਨਾਂ ਨੌਜਵਾਨਾਂ ਦੀ ਫੜੋ ਫੜਾਈ, ਇਹ ਸਾਰਿਆਂ ਨੂੰ ਤੁਸੀਂ ਕਿਵੇਂ ਵੇਖਦੇ? ਇਹ ਕੁਰਬਾਨੀਆਂ ਸਾਡੇ ਕਰਮਾਂ 'ਚ ਲਿਖੀਆਂ, ਅਸੀਂ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਕੌਮ ਹੀ ਇਹੋ ਜਿਹੀ ਬਣਾ ਤੀ ਆ ਵੀ ਇਹ ਕੁਰਬਾਨੀਆਂ ਦੇਊਗੀ, ਕਿਉਂਕਿ ਇਹਨੇ ਹਰ ਇੱਕ ਦਾ ਦੁੱਖ ਸੁਣਨਾ। ਦੁੱਖ ਜਦੋਂ ਇਹਦੇ ਕੋਲ ਝੱਲਿਆ ਨਹੀਂ ਜਾਂਦਾ ਤਾਂ ਕੁਰਬਾਨੀ ਤਾਂ ਦੇਣੀ ਪਊਗੀ ਫਿਰ, ਇਸ ਕਰਕੇ ਇਹ ਕੁਰਬਾਨੀਆਂ ਚੱਲਦੀਆਂ ਰਹਿਣੀਆਂ। ਭਾਈ ਹਰਜਿੰਦਰ ਸਿੰਘ ਤੁਹਾਡੇ ਤੋਂ ਵੱਡੇ ਸੀਗੇ ਛੋਟੇ ਸੀ? ਛੋਟੇ ਸੀਗੇ, ਛੋਟੇ ਸੀ। ਹਾਂਜੀ ਹਾਂਜੀ ਹਾਂਜੀ। ਜਦੋਂ ਤੁਸੀਂ ਆਪਸ 'ਚ ਗੱਲਾਂ ਪਤਾ ਕਰਦੇ ਤੇ ਉਦੋਂ ਕਦੇ ਇਹੋ ਜਿਹੀਆਂ ਗੱਲਾਂ ਪਤਾ ਹੁੰਦੀਆਂ ਹੁੰਦੀਆਂ ਸੀ, ਉਹ ਕਰਦੇ ਹੁੰਦੇ ਸੀ ਇਹੋ ਜਿਹੀਆਂ ਗੱਲਾਂ ਕਿ ਮੈਂ ਇਸ ਪਾਸੇ ਨੂੰ ਤੁਰਨਾ ਵਾਂ, ਮੈਂ ਆਹ ਕੰਮ ਕਰਨਾ? ਨਹੀਂ, ਉਹ ਛੋਟੀ ਉਮਰ 'ਚ ਸਮਝ ਲਓ ਤੁਰ ਪਿਆ, ਪੜ੍ਹਦਾ ਪੜ੍ਹਦਾ ਤੁਰ ਪਿਆ। ਉਦੋਂ ਨਹੀਂ ਕੋਈ ਇਹੋ ਜਿਹਾ ਹੈਗਾ, ਪਰ ਬਹੁਤ ਉਹਦਾ ਨਾਂ ਚੰਗਿਆੜਾ ਪਾਇਆ ਸੀਗਾ ਅਤੇ ਉਹ ਹੈ ਹੀ ਇੱਦਾਂ ਦਾ ਸੀਗਾ। ਅਤੇ ਉਹ ਮਤਲਬ ਪਹਿਲਾਂ ਤਾਂ ਸਾਨੂੰ ਨਹੀਂ ਕੋਈ ਸਮਝ ਆਈ, ਅਤੇ ਪੜ੍ਹਾਈ 'ਚ ਕਰਦੇ ਵੀ ਧਿਆਨ ਰੱਖਦੇ ਵੀ ਇਹਨੂੰ ਅਫਸਰ ਬਣਾਉਣਾ, ਕੁਛ ਨਾ ਕੁਛ ਬਣਾਉਣਾ ਵਾ। ਅਤੇ ਉਹ ਇੱਧਰ ਦੀ ਅਫਸਰੀ ਖਰੀਦ ਲਈ ਉਹਨੇ, ਬਹੁਤ ਵਧੀਆ ਖਰੀਦੀ ਆ, ਜਿਹੜੀ ਸਾਨੂੰ ਖੁਸ਼ ਮਾਣ ਆ। ਇੱਕ ਅਫਸਰੀ ਹੁੰਦੀ ਅਤੇ ਸ਼ਾਇਦ ਉਹ ਅਜੇ ਦੁਨੀਆਂ ਤੋਂ ਹੁੰਦੇ ਵੀ ਨਹੀਂ ਪਤਾ, ਪਰ ਜੋ ਕਰਕੇ ਗਏ ਉਹ ਤੇ ਪਰਿਵਾਰ ਫਿਰ ਕੀ ਫਖਰ ਮਹਿਸੂਸ ਕਰ? ਬਹੁਤ, ਸਾਡੇ ਸਾਰੇ ਪਰਿਵਾਰ ਨੇ ਫਖਰ ਮਹਿਸੂਸ ਕੀਤਾ। ਸਾਡੀ ਮਾਤਾ ਬਹੁਤ ਦਲੇਰ ਸੀ, ਜੋ ਜਿੰਦ ਕਹਿੰਦਾ ਸੀ ਨਾ ਉਹ ਕਰਦੀ ਸੀ। ਵੀਰ ਦੋਵੇਂ ਦਲੇਰ ਬਹੁਤ ਸੀ, ਦੋਵਾਂ ਦੀ ਜੋੜੀ ਅਸਲੀ ਜੋੜੀ ਸੀ। ਸੁੱਖਾ ਜਿੰਦਾ ਕਿਹਾ ਜਾਂਦਾ, ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ, ਇੱਕ ਜਾਨ ਸੀ ਉਹਨਾਂ ਦੀ, ਇੱਕ ਜਾਨ, ਹਰ ਕੰਮ ਉਹਨਾਂ ਦਾ ਇੱਕ ਸੀ। ਕੋਈ ਮਤਲਬ ਉਹਨਾਂ ਨੇ ਥੋੜ੍ਹੀ ਇੱਕ ਦੂਜੇ ਨੇ ਮੋੜਨਾ ਸੀ, ਅਤੇ ਉਸੇ ਤਰ੍ਹਾਂ ਉਹਨਾਂ ਦੀਆਂ ਚਿੱਠੀਆਂ ਵੀ ਇੱਦਾਂ ਹੀ ਆ, ਜੋ ਜਿੰਨੀਆਂ ਵੀ ਪਾਉਂਦੇ ਰਹੇ ਆ। ਅਤੇ ਪਾਉਣੀਆਂ ਫੋਟੋਆਂ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ ਉਹਨਾਂ ਦੀਆਂ, ਹੈ ਨਾ, ਇੱਕ ਬੜੀਆਂ ਸੋਹਣੀਆਂ ਤਸਵੀਰਾਂ ਬਣੀਆਂ।
ਹਾਂਜੀ ਹਾਂਜੀ ਉਹ ਇਹਨਾਂ ਦੀਆਂ ਕਾਢਾਂ ਹੀ ਜਿੰਦ ਹੋਣਾਂ ਦੀਆਂ ਵੀ ਜਿਸ ਤਰ੍ਹਾਂ ਸ਼੍ਰੀਨਗਰ ਤੋਂ ਵੀ ਜਦੋਂ ਵੈਦਿਆਂ ਦਾ ਸੋਧਿਆ ਵਾ ਉਦੋਂ ਬਾਅਦ ਸ਼੍ਰੀਨਗਰ ਗਏ ਉੱਥੋਂ ਦੀਆਂ ਫੋਟੋਆਂ ਦਾ ਉਹਨੂੰ ਸ਼ੌਂਕ ਸੀ ਕੱਪੜੇ ਦਾ ਵੀ ਸ਼ੌਂਕ ਸੀ ਗੱਡੀ ਦਾ ਵੀ ਸ਼ੌਂਕ ਸੀ ਉਹ ਇਹ ਗੱਲੋਂ ਹੈਗਾ ਸੀਗਾ ਸ਼ੌਂਕ ਨਹੀਂ ਕਹੀ ਦੱਸਿਆ ਕਿ ਮੈਨੂੰ ਆ ਵੀ ਸ਼ੌਂਕ ਹੈਗਾ ਸ਼ਹੀਦੀ ਦਾ ਵੀ ਸ਼ੌਂਕ ਦੀ ਗੱਲ ਕੀਤੀ ਇਹ ਸ਼ੌਂਕ ਤਾਂ ਉਹਨੂੰ ਇਹ ਸੀ ਵੀ ਮੈਂ ਜੇਲ੍ਹ ਵਿੱਚ ਵੀ ਇਹ ਸ਼ੌਂਕ ਪੂਰਾ ਕਰ ਲਈਏ ਉਹਨੇ ਮਾਤਾ ਕੋਲ ਰਿਵਾਲਵਰ ਮੰਗਾ ਲਿਆ ਸੀ ਹਾਂਜੀ ਤੇ ਚਲ ਫੜਿਆ ਗਿਆ ਮੁੜ ਕੇ ਤੇ ਉਹ ਨਹੀਂ ਗੱਲ ਬਣੀ ਉਹਨੂੰ ਜੇਲ੍ਹ 'ਚ ਵੀ ਸ਼ੌਂਕ ਵੀ ਇਹਨਾਂ ਨੂੰ ਦੱਸ ਦਈਏ ਵੀ ਸਿੱਖ ਜੇਲ੍ਹ ਵਿੱਚ ਵੀ ਚੜ੍ਹਦੀ ਕਲਾ 'ਚ ਸਭ ਕੁਝ ਕਰ ਸਕਦੇ ਆ ਹੁਣ ਜਦੋਂ ਤੁਸੀਂ ਮਿਲੇ ਪਰਿਵਾਰਾਂ ਨੂੰ ਮਿਲੇ ਹੋ ਇਹਨਾਂ ਹਾਲਾਤ ਕਿਵੇਂ ਦੇ ਵੇਖੀ ਆ ਪਰਿਵਾਰ ਚੜ੍ਹਦੀ ਕਲਾ 'ਚ ਵੈਸੇ ਕੀ ਲੱਗਦਾ ਤੁਹਾਨੂੰ ਪਰਿਵਾਰ ਚੜ੍ਹਦੀ ਕਲਾ ਵਿੱਚ ਆ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਕਿਉਂਕਿ ਸਾਡਾ ਇਤਿਹਾਸ ਹੀ ਚੜ੍ਹਦੀ ਕਲਾ ਵਾਲਾ ਵਾ ਇਹ ਦੁੱਖ ਤਾਂ ਸਹਿਣੇ ਪੈਣੇ ਆ ਸਾਨੂੰ ਸਾਡੇ ਕਰਮਾਂ 'ਚ ਲਿਖੇ ਆ ਦੁੱਖ ਸਰਕਾਰ ਨੂੰ ਤੁਹਾਡੇ ਵੱਲੋਂ ਕੀ ਕੋਈ ਬੇਨਤੀ ਕੋਈ ਅਪੀਲ ਕਿਉਂਕਿ ਤੁਸੀਂ ਇੱਕ ਸ਼ਹੀਦ ਪਰਿਵਾਰ ਦੇ ਵਿੱਚੋਂ ਸਪੀਚ ਵੀ ਤੁਸੀਂ ਕਰਕੇ ਆਏ ਹੋ ਸੰਗਤਾਂ ਦੇ ਦਰਸ਼ਨ ਦਾਰੇ ਵੀ ਤੁਸੀਂ ਕੀਤੇ ਆ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਮਾਵਾਂ ਤੋਂ ਬਚਾਓ ਆ ਜਿਹੜਾ ਤਖਤ 'ਤੇ ਬਿਠਾ ਲਿਆ ਭਗਵੰਤ ਮਾਨ ਨੂੰ ਇਹ ਸੰਗਤ ਨੇ ਬਿਠਾ ਲਿਆ ਵਾ ਇੱਕ ਦਿਨ ਰਾਤ ਲੋਕਾਂ ਨੇ ਇੱਕ ਕਰਕੇ ਪਾਸ਼ਾ ਪਲਟਿਆ ਸੀ ਅਤੇ ਪਾਸ਼ਾ ਪਲਟੇ ਦੀ ਲਾਜ ਰੱਖ ਲੈਣ ਇਹ ਜਿਹੜੀਆਂ ਬਾਦਸ਼ਾਹੀਆਂ ਦੀਆਂ ਕਦੇ ਰਹਿੰਦੀਆਂ ਥੋੜ੍ਹੀਆਂ ਨਾ ਆਪਾਂ ਇੱਥੇ ਰਹਿਣਾ ਜਾਂ ਰਹਿਣਾ ਉਹਨਾਂ ਨੇ ਜਿਹੜੇ ਸ਼ਹੀਦ ਹੋ ਗਏ ਆ ਅਤੇ ਬਾਕੀ ਆਪਾਂ ਦਾ ਤਾਂ ਨਾਂ ਨਹੀਂ ਰਹਿਣਾ ਅਤੇ ਧੰਨਵਾਦ ਪਿੰਡ ਬਲਵਿੰਦਰ ਕੌਰ ਨਾਲ ਸੀ ਕਹਿੰਦੇ ਕਿ ਮਰਜੀਵੜੇ ਬੇਸ਼ੱਕ ਸ਼ਹੀਦ ਹੋ ਚੁੱਕੇ ਆ ਉਹਨਾਂ ਸਦਾ ਹੀ ਅਮਰ ਰਹਿਣਾ ਅਤੇ ਤਖ਼ਤ ਅਤੇ ਤਾਜ ਕਦੇ ਬਹੁਤਾ ਸਮਾਂ ਨਹੀਂ ਰਹਿੰਦੇ ਕਿਉਂਕਿ ਭਾਈ ਹਰਜਿੰਦਰ ਸਿੰਘ ਜਿੰਦਾ ਬਾਰੇ ਵੀ ਥੋੜ੍ਹਾ ਦੱਸ ਗਿਆ ਭਾਈ ਹਰਜਿੰਦਰ ਸਿੰਘ ਜਿੰਦਾ ਗਦਲੀ ਤੋਂ ਸੁਖਦੇਵ ਸਿੰਘ ਸੁੱਖਾ ਦੀ ਇੱਕ ਜੋੜੀ ਸੀ ਉਹ ਕਹਿੰਦੇ ਕਮਾਲ ਦੀ ਜੋੜੀ ਸੀ ਇੱਕ ਪਿਆਰ ਸੀ ਉਹ ਜੋ ਫੋਟੋਆਂ 'ਚ ਦੇਖਦਾ ਉਹ ਹੀ ਬਾਖੂਬੀ ਉਹ ਸੀ ਅਤੇ ਜਦੋਂ ਮੈਂ ਗੱਲ ਕੀਤੀ ਕਿ ਜੇ ਉਹ ਚੜ੍ਹਦੀ ਕਲਾ ਦੇ ਵਿੱਚ ਨੌਜਵਾਨ ਰਹਿੰਦੇ ਸੀ ਅਤੇ ਅੱਜ ਦੇ ਪਰਿਵਾਰਾਂ ਨੂੰ ਤੁਸੀਂ ਵੇਖਦੇ ਹੋ ਕਹਿੰਦੇ ਕਿ ਇਹ ਵੀ ਚੜ੍ਹਦੀ ਕਲਾ ਦੇ ਵਿੱਚ ਪਰਿਵਾਰ ਆ ਹਾਂ ਨਾ ਕੁਛ ਖਾਣ ਦਾ ਕਰਕੇ ਪ੍ਰੋਬਲਮ ਜ਼ਰੂਰ ਆ ਰਹੀਆਂ ਹੁਣ ਵੀ ਜੇ ਆਪਾਂ ਉਹ ਤਸਵੀਰ ਇੱਕ ਸਾਹਮਣੇ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਅਸੀਂ ਖੜ੍ਹੇ ਹਾਂ ਉਹ ਤੋਂ ਥੋੜ੍ਹੀ ਕੁ ਦੂਰ ਹੀ ਅੱਗੇ ਬਾਜੇ ਕੇ ਦੇ ਪ੍ਰਧਾਨ ਮੰਤਰੀ ਜਿਹੜਾ ਬਾਜੇ ਕੇ ਸੀ ਉਹਨਾਂ ਦੀ ਜਿਹੜੀ ਕਿ ਮਾਤਾ ਜੀ ਆ ਉਹਨਾਂ ਨੂੰ ਹੁਣੇ ਪ੍ਰੋਬਲਮ ਆਈ ਆ ਥੋੜ੍ਹਾ ਜਿਹਾ ਆਪਾਂ ਅੱਧਾ ਘੰਟਾ ਪਹਿਲਾਂ ਦੀ ਗੱਲ ਕਰਦੇ ਹਾਂ ਅਤੇ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਨੂੰ ਕੁਛ ਪ੍ਰੋਬਲਮ ਆਈ ਸੀ ਇਸ ਟਾਈਮ ਦੇ ਹੁਣ ਦੇ ਪਿਤਾ ਜੀ ਵੀ ਆ ਵੀਰ ਰੌਂਕੇ ਦੇ ਭੈਣ ਜੀ ਆ ਜਿਹੜੇ ਇਸ ਟਾਈਮ 'ਤੇ ਤਲੀਆਂ ਝੱਸ ਰਹੇ ਹੋ ਮਾਤਾ ਜੀ ਇਸ ਟਾਈਮ ਕੁਛ ਹਾਲਾਤ ਉਹਨਾਂ ਦੇ ਠੀਕ ਨਹੀਂ ਗਏ ਥੋੜ੍ਹੀ ਦੇਰ ਪਹਿਲਾਂ ਉਲਟੀਆਂ ਵੀ ਆਈਆਂ ਸੀ ਮਾਤਾ ਨੂੰ ਅਤੇ ਇਸ ਟਾਈਮ ਦੇ ਤੁਸੀਂ ਹਾਲਾਤ ਵੇਖ ਹੀ ਰਹੇ ਹੋ ਕਿ ਜੇ ਆਪਾਂ ਮੋਰਚੇ ਦੀ ਰੂਪਰੇਖਾ ਦੀ ਗੱਲ ਕਰੀਏ ਤਾਂ ਤਕਰੀਬਨ ਹੀ ਰੋਜ਼ਾਨਾ ਹੀ ਤਕਰੀਰਾਂ ਹੁੰਦੀਆਂ ਗੱਲਬਾਤ ਹੁੰਦੀ ਆ ਇੱਥੇ ਅਤੇ ਕੁਛ ਨਾ ਕੁਛ ਜਿਹੜੀਆਂ ਮਾਵਾਂ ਵੀ ਲਗਭਗ ਬੈਠੀਆਂ ਵਾ ਅਤੇ ਉਹਨਾਂ ਨੂੰ ਪ੍ਰੋਬਲਮਜ਼ ਵੀ ਆ ਰਹੀਆਂ ਵਾ ਥੋੜ੍ਹੀ ਦੇਰ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਮਾਤਾ ਨੂੰ ਉਹਨਾਂ ਨੂੰ ਹੁਣੇ ਹੀ ਲੈ ਕੇ ਗਏ ਇੱਥੋਂ ਅੱਧਾ ਪੌਣਾ ਘੰਟਾ ਪਹਿਲਾਂ ਦੀ ਗੱਲ ਆ ਹੁਣ ਬਾਜੇ ਕੇ ਦੇ ਮਾਤਾ ਜੀ ਦੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਉਹਨਾਂ ਨੂੰ ਲੈ ਕੇ ਭੈਣਾਂ ਬੈਠੀਆਂ ਵਾ ਨੱਪ ਘੁੱਟ ਵੀ ਰਹੀਆਂ ਉਹਨਾਂ ਦੇ ਬਾਜੇ ਕੇ ਦੇ ਪ੍ਰਧਾਨ ਮੰਤਰੀ ਜਿਹੜੇ ਉਹਦੇ ਪਿਤਾ ਜੀ ਵੀ ਸਾਹਮਣੇ ਬੈਠੇ ਆ ਅਤੇ ਉਹਨਾਂ ਨੂੰ ਇਸ ਟਾਈਮ ਪ੍ਰੋਬਲਮ ਆਈ ਹੋਈ ਆ ਥੋੜ੍ਹੀ ਦੇਰ ਤੱਕ ਆਪਾਂ ਗੱਲ ਕਰਕੇ ਵੀ ਤੁਹਾਡੇ ਤੱਕ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਟਾਈਮ ਦੇ ਉੱਤੇ ਜਦੋਂ ਇਹੋ ਜਿਹੀ ਪ੍ਰੋਬਲਮ ਆਉਂਦੀ ਆ ਅਤੇ ਉਦੋਂ ਸਾਰੇ ਹੀ ਹੁਣ ਦਾ ਲਾਗੇ ਆਉਂਦੇ ਆ ਨੱਪਦੇ ਘੁੱਟਦੇ ਆ ਉਹ ਤੋਂ ਬਾਅਦ ਦੇ ਵਿੱਚ ਸ਼ਾਇਦ ਬੀ ਪੀ ਮਸ਼ੀਨ ਵਗੈਰਾ ਵੀ ਲਿਆਉਂਦੀ ਇਹਨਾਂ ਨੇ ਭੈਣਾਂ ਆਪਾਂ ਕੋਸ਼ਿਸ਼ ਕਰਾਂਗੇ ਇੱਕ ਵਾਰੀ ਉਹ ਦੇਖ ਲੈਣ ਕੋਈ ਡਾਕਟਰੀ ਚੈੱਕਅਪ ਵੀ ਸ਼ਾਇਦ ਕੀਤੇ ਜਾ ਰਹੇ ਆ ਅਤੇ ਡਾਕਟਰੀ ਚੈੱਕਅਪ ਤੋਂ ਬਾਅਦ ਦੇ ਵਿੱਚ ਜਿਹੜੀ ਵੀ ਕੋਈ ਗੱਲਬਾਤ ਹੋਊਗੀ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹੂੰਗਾ ਕਿਉਂਕਿ ਇਸ ਟਾਈਮ ਜਿਹੜੀ ਤਸਵੀਰ ਤੁਸੀਂ ਵੇਖ ਰਹੇ ਹੋ ਬਾਜੇ ਕੇ ਦੇ ਮਾਤਾ ਜੀ ਆ ਅਤੇ ਆਪਾਂ ਹੁਣੇ ਹੀ ਗੱਲਬਾਤ ਜਿਹੜਾ ਕੀਤੀ ਸੀ ਉਹ ਭੈਣ ਸੀ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭੈਣ ਅਤੇ ਉਹਨਾਂ ਨੇ ਵੀ ਕਿਹਾ ਕਿ ਪਰਿਵਾਰ ਬੇਸ਼ੱਕ ਆ ਪ੍ਰੋਬਲਮ ਜ਼ਰੂਰ ਆ ਰਹੀਆਂ ਪਰ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਆ ਚੜ੍ਹਦੀ ਕਲਾ ਦੇ ਵਿੱਚ ਆ ਭਾਈ ਅੰਮ੍ਰਿਤਪਾਲ ਸਿੰਘ ਮਾਤਾ ਵੀ ਚੜ੍ਹਦੀ ਕਲਾ 'ਚ ਆ ਅਤੇ ਉਹਨਾਂ ਦੇ ਬਾਪੂ ਵੀ ਸਾਰੇ ਪਰਿਵਾਰ ਜਿਹੜੇ ਉਹ ਚੜ੍ਹਦੀ ਕਲਾ ਦੇ ਵਿੱਚ ਆ